ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਕੌਰ, ਕੌਰਸ ਕਲੈਕਸ਼ਨਸ ਵੱਲੋਂ ਫਿਰ ਤੁਹਾਡੇ ਲਈ ਹੈਂਡ ਪੇਂਟਡ ਸੂਟਸ ਲੈ ਕੇ ਆਈ ਹਾਂ। ਅੱਜ ਮੈਂ ਮੋਹਾਲੀ 'ਚ ਰਹਿੰਦੀ ਹਾਂ, ਫਿਰ ਤੋਂ ਦੱਸ ਰਹੀ ਹਾਂ, ਹੁਣ ਤਾਂ ਮੈਂ ਲਿਖਵਾਉਣਾ ਵੀ ਸ਼ੁਰੂ ਕਰ ਦਿਆਂਗੀ। ਅਤੇ ਦੂਸਰਾ, ਮੈਂ ਕੋਸਟ ਅੱਜ ਕੱਲ੍ਹ ਨਹੀਂ ਦੱਸ ਰਹੀ ਹਾਂ, ਕਿਉਂਕਿ ਜੋ ਪਹਿਲਾਂ ਕੋਸਟ ਸੀਗੀ ਮੇਰੇ ਸੂਟਸ ਦੀ, ਉਹ ਹੁਣ ਇਨਕਰੀਜ਼ ਹੋ ਗਈ ਹੋਈ ਹੈ। ਕੁਛ ਫੈਬਰਿਕ ਵੀ ਇਨਕਰੀਜ਼ ਹੋ ਗਿਆ ਰੇਟ, ਔਰ ਦੁਪੱਟਾ ਵੀ, ਔਰ ਉਹਦੀ ਬਣਵਾਈ ਵੀ ਕਹਿ ਸਕਦੇ ਹੋ। ਅਤੇ ਇਸ ਕਰਕੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਹੈ, ਉਹ ਤੁਸੀਂ ਮੈਨੂੰ ਵਟਸਐਪ 'ਤੇ ਫੋਟੋ ਭੇਜ ਦਿਓ ਉਹਦੀ। ਕੋਸ਼ਿਸ਼ ਕਰੋ ਕਿ ਕਾਲ ਨਾ ਕਰੋ, ਕਿਉਂਕਿ ਕਾਲ ਕਰਨ ਤੋਂ ਬਾਅਦ ਮੈਨੂੰ ਯਾਦ ਨਹੀਂ ਰਹਿੰਦਾ ਤੁਹਾਡੇ ਨਾਲ ਮੇਰੀ ਕੀ ਗੱਲ ਹੋਈ ਸੀਗੀ। ਓਕੇ, ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਗਰਮੀਆਂ ਦਾ ਸਭ ਤੋਂ ਫੇਵਰੇਟ ਕਲਰ ਆਫ ਵਾਈਟ, ਇਹ ਡਿਜ਼ਾਈਨ ਪਹਿਲਾਂ ਵੀ ਬਣ ਕੇ ਗਿਆ, ਆਪਾਂ ਜਿੰਨੀ ਵਾਰੀ ਬਣਾਉਂਦੇ ਹਾਂ ਇਹਦੀ ਗ੍ਰੇਸ ਅਲੱਗ ਹੀ ਆਉਂਦੀ ਹੈ। ਇਹ ਆਏਗਾ ਤੁਹਾਡਾ ਪਿਓਰ ਕੋਟਨ, ਅਤੇ ਨਾਲ ਸੈਮੀ ਚਨੌਨ ਦਾ ਦੁਪੱਟਾ, ਪੂਰੇ ਦੁਪੱਟੇ 'ਤੇ ਦੋਨੋਂ ਸਾਈਡਸ 'ਤੇ ਵੇਲ ਸੈਂਟਰ ਵਿੱਚ ਕਰੀਆਂ, ਪੂਰਾ ਪਾਇਆ ਹੋਇਆ ਡਿਜ਼ਾਈਨ। ਮਲਟੀ ਕਲਰ ਫਲਾਵਰਸ ਨੇ, ਪਰ ਬੜੇ ਹੀ ਗ੍ਰੇਸਫੁੱਲ ਨੇ ਸਾਰੇ, ਇੱਕ ਦੂਸਰੇ ਦੇ ਨਾਲ ਮੈਚ ਬੜਾ ਅੱਛਾ ਬਣਦਾ ਇਹਨਾਂ ਦਾ। ਕੋਈ ਵੀ ਕਲਰ ਐਸਾ ਨਹੀਂ ਹੈ ਜਿਹੜਾ ਅਲੱਗ ਤੋਂ ਦਿਖਦਾ ਹੋਵੇ, ਸਭ ਇੱਕ ਦੂਸਰੇ ਦੇ ਨਾਲ ਮਿਕਸ ਹੋਏ ਦਿਖਦੇ ਨੇ। ਪਸੰਦ ਆਉਂਦੇ ਤਾਂ ਸਕਰੀਨਸ਼ੋਟ ਲੈ ਸਕਦੇ ਹੋ, ਮੈਨੂੰ ਇਸੇ ਤਰ੍ਹਾਂ ਸਕਰੀਨਸ਼ਾਟ ਭੇਜ ਸਕਦੇ ਹੋ ਵਟਸਐਪ 'ਤੇ। ਕੋਸਟ ਜਿਹੜੀ ਹੈ ਅਰਾਊਂਡ 3000 ਦੇ ਆਸ ਪਾਸ ਰਹੇਗੀ, ਜੇ ਤੁਸੀਂ ਗੀਜ਼ਾ ਕੋਟਨ ਲੈਂਦੇ ਹੋ ਜਾਂ ਜਾਮ ਕੋਟਨ ਲੈਂਦੇ ਹੋ, ਕਿਉਂਕਿ ਸਟੱਫ ਦਾ ਹਰੇਕ ਦਾ ਆਪਣੀ ਚੋਇਸ ਹੈ, ਉਸ ਹਿਸਾਬ ਨਾਲ ਕੋਸਟ ਅਲੱਗ ਹੋ ਜਾਂਦੀ ਹੈ। ਇਹ ਜਾਮ ਕੋਟਨ 'ਤੇ ਆਏਗਾ, ਪੀਚ ਕਲਰ, ਫਿਰ ਤੋਂ ਗਰਮੀਆਂ ਦੇ ਹਿਸਾਬ ਦਾ ਕਲਰ, ਪੀਚ ਦੇ ਨਾਲ ਔਰੇਂਜ ਫਲਾਵਰਸ, ਪੂਰੇ ਸਾਈਡ ਤੋਂ ਕੋਰਨਰ ਇੱਕ ਬੰਦਾ ਆ ਰਿਹਾ, ਔਰ ਉੱਪਰ ਤੱਕ ਸਾਰਾ ਕਲੀਆਂ ਦੇ ਨਾਲ ਡਿਜ਼ਾਈਨ ਆ ਜਾਏਗਾ। ਜਾਮ ਕੋਟਨ ਦੇ ਨਾਲ ਸੈਮੀ ਟੈਬੀ ਦਾ ਦੁਪੱਟਾ ਆਏਗਾ, ਔਰੇਂਜ ਕੰਟਰਾਸਟ ਨਾਲ। ਪੂਰੇ ਦੁਪੱਟੇ 'ਤੇ ਚਾਰੋਂ ਤਰਫ ਵੀ ਲਾਏਗੀ, ਛੋਟੇ ਬਾਰਡਰਸ 'ਤੇ ਵੀ, ਇੱਧਰ ਵੀ, ਔਰ ਵਿੱਚ ਸਾਰੇ 'ਚ ਕਰੀਆਂ, ਪੂਰਾ ਭਰਿਆ ਹੋਇਆ ਦੁਪੱਟਾ। ਸਕਰੀਨਸ਼ੋਟ ਲੈ ਸਕਦੇ ਹੋ, ਪੀਚ ਦੇ ਨਾਲ ਔਰੇਂਜ ਦਾ ਕੰਟਰਾਸਟ, ਜਾਮ ਕੋਟਨ ਦੇ ਨਾਲ ਸੈਮੀ ਚਨੌਨ ਦੁਪੱਟਾ। ਓਕੇ, ਇਹ ਮੇਰਾ ਹੁਣੇ ਪਿੱਛੇ ਬਣ ਕੇ ਗਿਆ ਡਿਜ਼ਾਈਨ, ਬਹੁਤ ਜ਼ਿਆਦਾ ਪਸੰਦ ਕੀਤਾ ਹੈ ਕਸਟਮਰਸ ਨੇ। ਗੀਜ਼ਾ ਕੋਟਨ ਕੱਪੜਾ ਹੈ, ਪੀਕ ਆਫ ਬਲੂ ਕਲਰ, ਸੈਂਟਰ ਦਾ ਡਿਜ਼ਾਈਨ ਆਏਗਾ, ਬਿਲਕੁਲ ਸੈਂਟਰ ਵਿੱਚ ਗ੍ਰੇਸ਼ ਵਾਈਟ ਐਂਡ ਬਲੂ ਕਲਰ ਦਾ ਡਿਜ਼ਾਈਨ, ਬਹੁਤ ਸੋਹਣੇ ਫਲਾਵਰਸ, ਬਿਲਕੁਲ ਰੀਅਲ ਲੱਗਦੇ ਨੇ। ਉੱਪਰੋਂ ਦੀ ਜਿਹੜਾ ਸ਼ੋਲਡਰ ਤੋਂ ਇਹ ਪੂਰਾ ਬੰਚ ਆਏਗਾ, ਲੁੱਕ ਇਸ ਤਰ੍ਹਾਂ ਆ ਜਾਏਗੀ ਇਹਦੀ ਬਣਨ ਤੋਂ ਬਾਅਦ। ਬਿਲਕੁਲ ਅਲੱਗ ਕੰਟਰਾਸਟ ਹੈ ਇਹ, ਸੈਮੀ ਚਨੌਨ ਦਾ ਦੁਪੱਟਾ ਆ ਜਾਏਗਾ ਨਾਲ, ਬਲੂਇਸ਼ ਗ੍ਰੇ ਕਲਰ ਦਾ ਦੁਪੱਟਾ, ਪੂਰੇ ਦੁਪੱਟੇ 'ਤੇ ਅਗੇਨ ਵਰਕ, ਪਰ ਡਿਫਰੈਂਟ ਪੈਟਰਨ ਆਉਂਦਾ ਹਰੇਕ ਦਾ। ਇਹਦੇ ਵਿੱਚ ਇੱਕ ਕੋਰਨਰ 'ਤੇ ਬੰਚ ਆ ਜਾਏਗਾ ਵੱਡਾ, ਪੂਰੇ ਵਿੱਚ ਫਲਾਵਰਸ ਆਉਣਗੇ, ਅਲੱਗ ਅਲੱਗ ਤਰ੍ਹਾਂ ਦੇ ਫਲਾਵਰਸ ਨੇ, ਕੋਈ ਪੂਰਾ ਖਿਲਿਆ ਹੋਇਆ, ਕੋਈ ਬੰਦ ਹੈ, ਔਰ ਦੂਸਰੇ ਕੋਰਨਰ 'ਤੇ ਵੀ ਇਸੇ ਤਰ੍ਹਾਂ ਪੂਰਾ ਵੱਡਾ ਬੰਚ ਆ ਜਾਏਗਾ। ਬਲੂਇਸ਼ ਗ੍ਰੇ ਦੇ ਉੱਪਰ ਸਿਲਵਰ ਗ੍ਰੇ ਕਲਰ ਦੇ ਫਲਾਵਰਸ, ਬਹੁਤ ਹੀ ਸੋਹਣਾ ਕਲਰ ਕੰਟਰਾਸਟ, ਗੀਜ਼ਾ ਕੋਟਨ ਕੱਪੜਾ ਅਤੇ ਸੈਮੀ ਚਨੌਨ ਦਾ ਦੁਪੱਟਾ। ਨੈਕਸਟ ਆਏਗਾ ਰਿਓਨ ਦੇ ਉੱਪਰ, ਅੱਜ ਕੱਲ੍ਹ ਰਿਓਨ ਵੀ ਬੜਾ ਚੱਲ ਰਿਹਾ ਕੱਪੜਾ, ਗਰਮੀਆਂ ਦੇ ਹਿਸਾਬ ਨਾਲ ਪਿਓਰ ਕੋਟਨ ਆਉਂਦਾ ਹੈ, ਪੀਚ, ਪੂਰਾ ਡਿਫਰੈਂਟ ਪੀਚ ਹੈ, ਜਿਹੜਾ ਥੱਲੇ ਵਾਲਾ ਦਿਖਾਇਆ ਸੀ ਉਹਦੇ ਨਾਲੋਂ ਬੜਾ ਡਿਫਰੈਂਟ ਕਲਰ ਹੈ, ਨਾਲ ਯੈਲੋਇਸ਼ ਔਰੇਂਜ ਕਲਰ ਦੇ ਫਲਾਵਰਸ ਆ ਜਾਣਗੇ। ਆਲਮੋਸਟ ਡਿਜ਼ਾਈਨ ਥੱਲੇ ਵਾਲਾ ਹੀ ਹੈ, ਪਰ ਉਹਦੇ ਨਾਲੋਂ ਕਾਫੀ ਡਿਫਰੈਂਟ ਹੈ। ਇਹਦੇ 'ਚ ਯੈਲੋ ਜ਼ਿਆਦਾ ਮੇਨ ਹੈ, ਔਰੇਂਜ ਘੱਟ ਹੈ, ਉਹਦੇ ਵਿੱਚ ਔਰੇਂਜ ਜ਼ਿਆਦਾ ਸੀਗਾ। ਸੈਮੀ ਚਨੌਨ ਦਾ ਦੁਪੱਟਾ, ਗਰਮੀਆਂ ਦੇ ਹਿਸਾਬ ਨਾਲ ਬਹੁਤ ਸੋਹਣਾ, ਬੜਾ ਹੀ ਕੂਲ ਕਲਰ,
देखते हैं दिल करेगा बनवान का। अगेन पूरे दुपट्टे ते कलर दोनों तरफ वेल आ जाएगी और अलग तरह की वेल है, इस तरह नहीं है कि वेल अगे इधरों बंद हो रही है, इधरों की वेल आती हुई यह बॉर्डर इधर खत्म हो रहा है। इस तरह दूसरी साइड पर भी इधरों की आके बंद होया, इधरों वेल खत्म हो रही है, यह ज्वाइन नहीं की हुई अगों की, तो डिफरेंट लुक देती है। पसंद आता स्क्रीनशॉट ले सकते हो। सेम जो तुम रेयॉन कपड़ा नहीं चाहिए, जाम कॉटन पर भी बन जाएगा या गीजा पर बन जाएगा, कलर मिलन के उपर है। अजकल कलर्स बड़े शॉर्ट ने, या कुछ गर्मियों के कलर्स मिल नहीं रहे, कुछ मेरे सब ऑर्डर भी पेंडिंग हुए पे ने। यह भी कपड़ा इस वरी डिफरेंट है, अरविंद मिल्स का प्योर कॉटन और डिफरेंट प्याजी जो कलर है, अनियन कलर। डिजाइन पहला भी गया है पर थोड़ा जा लाइट शेड के ऊपर गया से, थोड़ा जा डार्क शेड है। थलों की पूरा बंच आ रहा है, भरिया हुआ बंच। अगेन ऊपरों शोल्डर तो आ रहा है, बहुत सोहने मेरून कलर के फ्लावर्स आएंगे। एक कपड़े की एक और खास गल है कि है बिल्कुल ट्रांसपेरेंट नहीं है, बिल्कुल ट्रांसपेरेंट नहीं है। कई मैं पूछते हैं कि कपड़ा ट्रांसपेरेंट ना हो, एक मैं स्लीव्स दिखाना हमेशा भूल जाती हूँ, स्लीव्स हमेशा बनदिया ने, ये तो है ने पिछे का भी दिखा दिनी हाँ। यह पूरा इदा बॉर्डर आएगा, थले दुपट्टा आ गया, दिखाना पॉसिबल नहीं है। वैसे पहले मैं दिखाया हरेक की स्लीव्स होंगे ने, स्लीव्स से प्रॉपर डिजाइन आएगा, नाल कोटा डोरिया का दुपट्टा आएगा, प्योर कॉटन। गर्मिया के सामने प्योर कॉटन कोटा डोरिया। फिर तो एक डिफरेंट पैटर्न है, इदे विच इस तरफ यह पूरा एक बंच आ जाएगा, लंबाई दे विच विच सारे फुल आ जाएंगे। जो तुम दुपट्टा वेयर करोगे तो यह थोड़ा फ्रंट पर इधरों भी आ जाएगा, इधरों भी पूरा लंबाई च बंच आ जाएगा। यह पैटर्न असी फर्स्ट टाइम बनाया है, दूसरा जरा बॉर्डर आएगा वो भी पूरा लंबाई दे विच डिजाइन आ जाएगा। कोशिश यह होंगी है कि कस्टमर को हर वारी अलग ही पैटर्न दिता जाए जो उन्होंने पसंद आए, क्योंकि सेम सेम बनाने का फायदा नहीं है। अरविंद मिर्जा प्योर कॉटन के नाल कोटा डोरिया दुपट्टा। ओके हुण आंगे सेमी क्रेप दे सूट। बाहर दे सूट ने उन्होंने क्रेप बहुत पसंद आता है, क्योंकि कॉटन का उत्थे नहीं होंगे, सर्दियाँ होंगे ने। बिल्कुल डिफरेंट कलर पाउडर मूव कलर आएगा, अलग तरह का डिजाइन थले, पर्पल का ही शेड फुलों का, पूरा वड्डा बंच थलों दी आ रहा है। ये स्लीव्स पहले दिखा दें, स्लीव्स से पूरा इदा डिजाइन आ जाएगा, बॉर्डर टाइप नाल आएगा प्योर चिनॉन का दुपट्टा। हर दुपट्टे तो तुम देखोगे बिल्कुल डिफरेंट वर्क है, पूरा थलों की वड्डा बंच आता होया, पूरा दुपट्टा कवर हो रहा है। इधरों की दूसरा बंच आता होया, पूरा दुपट्टा कवर हो रहा है। जब तुम लोगे दुपट्टे तो हर पासे थोड़े फ्लावर्स कवर होंगे। प्योर चिनॉन का दुपट्टा। अगेन मैं दस रही हूँ कि कॉस्ट नहीं दस रही है, क्योंकि जे तुम दुपट्टे का ही स्टफ चेंज कर देंगे हो तो कॉस्ट का फर्क पै जाता है। स्क्रीनशॉट ले सकते हो। पिस्ता ग्रीन कलर सेमी क्रेप, नवा कलर कंट्रास्ट, नवा डिजाइन पूरे घेरे पे भरिया हुआ बंच आ जाएगा, स्लीव्स से फ्लावर आ जाएगा, छोटा जहा नहीं है, ये पूरा बंच बन के आएगा। पिस्ता ग्रीन के नाल ओरेंज का एक नवा कंट्रास्ट, पत्तियां दी शेड्स बिल्कुल अलग अलग आ रही ने, कोई पत्ती एक दूसरे के नाल दूसरा सेम मैच नहीं हो रही। ब्लैकिश ग्रीनिश
ਨਾਲ ਫਿਰ ਤੋਂ ਪਿਓਰ ਚਿਨੋਨ ਦਾ ਦੁਪੱਟਾ ਔਰ ਇੱਕ ਅਲੱਗ ਡਿਜ਼ਾਈਨ ਇੱਕ ਵੱਡਾ ਬੰਚ ਚਾਰੋ ਕੋਰਨਰਸ 'ਤੇ ਬੰਚਸ ਆ ਜਾਣਗੇ ਸੈਂਟਰ ਦੇ ਵਿੱਚ ਪੂਰਾ ਵੱਡਾ ਬੰਚ ਆਇਆ ਬਹੁਤ ਸੋਹਣੀ ਲੁੱਕ ਦੁਪੱਟੇ ਦੀ ਔਰ ਪੂਰੇ ਦੁਪੱਟੇ 'ਤੇ ਕਲੀਆਂ ਸੈਮੀ ਕਰੇਪ ਦੇ ਨਾਲ ਪਿਓਰ ਚਿਨੋਨ ਦਾ ਦੁਪੱਟਾ ਪਿਓਰ ਦੇ ਦੁਪੱਟੇ ਦੀ ਅਲੱਗ ਹੀ ਲੁੱਕ ਆਉਂਦੀ ਹੈ ਬਸ ਕੋਸਟ ਦਾ ਫਰਕ ਪੈ ਜਾਂਦਾ ਹੈ ਸਕਰੀਨਸ਼ਾਟ ਲੈ ਸਕਦੇ ਹੋ ਹਾਂਜੀ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪਸੰਦ ਕਰਦੇ ਹੋ ਮੈਨੂੰ ਤਾਂ ਇਸ ਵਾਰੀ ਪਸੰਦ ਆਉਣਗੇ ਤੁਹਾਨੂੰ ਮੇਰਾ ਕਲੈਕਸ਼ਨ ਸਾਰਾ ਪਸੰਦ ਆਏਗਾ ਕਲਰ ਕੰਟਰਾਸਟ ਵਗੈਰਾ ਬਾਕੀ ਕੁਛ ਤੁਸੀਂ ਵੀ ਸਜੈਸ਼ਨਸ ਦਿੰਦੇ ਹੋ ਮੈਨੂੰ ਬੜੇ ਅੱਛੇ ਲੱਗਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ